ਅੱਗੇ ਨੂੰ ਆਓ ਜੀ, ਤੁਸੀਂ ਮਾਈਕ ਕੋਲ ਅੱਗੇ ਦੂਰ ਪਾਈ ਨੇੜੇ ਆ ਜਾਓ ਨੇੜੇ। ਮੈਂ ਦਲਜੀਤ ਸੂਦ, ਡੀਕੇ ਸੂਦ ਹੋਜਰੀ ਦਾ ਮਾਲਕ ਹਾਂ ਜੀ। ਔਰ ਮੇਰੇ ਕੋਲੋਂ ਇਹ ਮਾਲ ਲੈ ਕੇ ਗਏ ਸੀਗੇ ਹੋਜਰੀ ਦਾ ਮਾਲ, ਜਿਹਦੇ ਵਿੱਚੋਂ ਕਿ ਮੈਂ 18.5 ਲੱਖ ਰੁਪਏ ਦੇ ਇਹਨਾਂ ਨੇ ਮੈਨੂੰ ਚੈੱਕ ਦਿੱਤੇ ਹੈ। ਉਹ ਚੈੱਕ ਸਾਰੇ ਬਾਊਂਸ ਹੋ ਗਏ ਜਦੋਂ ਮੈਂ ਇਹਨਾਂ ਕੋਲ ਪੈਸੇ ਲੈਣ ਗਿਆ, ਅਤੇ ਮੈਨੂੰ ਉੱਤੋਂ ਧਮਕੀਆਂ ਦਿੱਤੀਆਂ ਜੇ ਇੱਥੇ ਵੜਿਆ ਤਾਂ ਤੈਨੂੰ ਮਾਰ ਦਿਆਂਗੇ। ਔਰ ਪੈਸੇ ਦੇਣ ਤੋਂ ਮਤਲਬ ਇਹਨਾਂ ਨੇ ਇਨਕਾਰ ਕਰ ਦਿੱਤਾ, ਸਾਡਾ ਜੋ ਕਰਨਾ ਕਰ ਲਓ, ਸਾਡਾ ਕੋਈ ਕੁਛ ਨਹੀਂ ਵਿਗਾੜ ਸਕਦਾ। ਕਿੰਨੀ ਦੇਰ ਮੇਰੇ 2019 ਦੇ ਵਿੱਚ ਮਾਲ ਲੈ ਕੇ ਗਏ ਹੋ, ਉਸ ਤੋਂ ਬਾਅਦ ਮੈਂ ਕੋਰਟ ਦੀ ਸ਼ਰਨ ਲਈ ਹੈ, ਕੋਰਟ ਤੋਂ ਫਿਰ ਇਹਨਾਂ ਨੂੰ ਮੈਂ ਮਤਲਬ ਪਕੜਵਾਇਆ। ਮੇਰੇ ਜੀ 10 ਲੱਖ ਰੁਪਏ, ਮੈਂ ਤਲੀਹਾ ਨੇਟਵਰਕ ਦਾ ਸਾਡੇ ਹੈਗੀ ਫਰਮ ਜੀ, ਸਾਡੇ ਕੋਲ ਮਾਲ ਲੈਂਦੇ 2018 ਤੋਂ ਜੀ। ਇਹਨਾਂ ਦਾ ਬੇਟਾ ਵੀ ਹੈਗਾ ਜਸ਼ਨ ਮਹਿਰਾ ਜੀ ਨਾਲ ਜੀ, ਇਹਨੂੰ ਤਾਂ ਮੈਂ ਸਜ਼ਾ ਕਰਾਤੀ 45 ਦਿੰਦੀ ਇਹਨੇ, ਪਰ ਸੈਸ਼ਨ 'ਚ ਅਪੀਲ ਲਾਤੀ ਹੋਈ ਹੈ 24 ਤਰੀਕ ਪਈ ਜੱਜ ਸਾਹਿਬ ਨੇ, ਅਤੇ ਜਸ਼ਨ ਮਹਿਰਾ ਭਰੋ ਭੱਜਿਆ ਆ। ਮੇਰਾ 10 ਲੱਖ ਰੁਪਈਆ ਜੀ, 10 ਲੱਖ। ਇਹਨਾਂ ਦਾ ਕੰਮ ਹੀ ਇਹੀ ਹੈ ਜੀ, ਇਹ ਫਰੋਡੀ ਬੰਦੇ ਆ ਜੀ, ਇਹਨਾਂ ਦਾ ਕੰਮ ਹੀ ਫਰੋਡ ਕਰਨਾ ਜੀ। ਇਹਨਾਂ ਨੇ ਘੱਟੋ ਘੱਟ ਹੀ ਮੇਰੇ ਸਾਹਮਣੇ 5-7 ਕਰੋੜ ਦਾ ਫਰੋਡ ਕੀਤਾ, 5-7 ਕਰੋੜ ਦਾ ਘੱਟੋ ਘੱਟ। ਹਾਂ, ਜਾਂਦੇ ਹਾਂ ਉੱਥੇ, ਬੰਦੇ ਮਿਲਦੇ ਨਹੀਂ, ਹੁਣ ਇਹ ਸਾਹਮਣੇ ਲੋਕਾਂ ਲੈਣਾ ਚੱਕੇ ਹੈਗੇ ਆ ਇਹ ਤਾਂ। ਹਾਂ, ਬਾਕੀ ਪ੍ਰਸ਼ਾਸਨ ਇਹੀ ਕਹਿੰਦੇ ਜੀ, ਇਹ ਬੰਦਿਆਂ ਨੱਤ ਪਾਈ ਜਾਵੇ, ਇਹ ਹੋਰ ਲੋਕਾਂ ਨੂੰ ਮਾਰਨਗੇ ਜੀ। ਇਹਨਾਂ ਦਾ ਕੰਮ ਹੀ ਲੋਕਾਂ ਨੂੰ ਮਾਰਨਾ ਜੀ, ਇਹਨਾਂ ਦੀ ਨਾ ਜ਼ਮਾਨਤ ਹੋਵੇ ਨਾ ਤਾਂ ਇਹ ਹੋਰ ਪਬਲਿਕ ਨੂੰ ਖਰਾਬ ਕਰਨਗੇ ਜੀ। ਘੱਟੋ ਘੱਟ ਮੇਰੀ ਹੋਸ਼ ਦੇ ਵਿੱਚ 15-20 ਬੰਦੇ ਤਾਂ ਮੈਂ ਜਾਣਦਾ ਜਿਹਨਾਂ ਨੂੰ, ਜਿਹਨਾਂ ਦਾ ਫਰੋਡ ਹੋਇਆ ਵਾ। ਮਾਨਯੋਗ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸ਼੍ਰੀ ਕੁਲਦੀਪ ਚਹਿਲ IPS ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ PO ਭਗੌੜਿਆਂ ਦੇ ਖਿਲਾਫ਼ ਇੱਕ ਖਾਸ ਮੁਹਿੰਮ ਚਲਾਈ ਗਈ ਹੈ ਸ਼ਹਿਰ ਦੇ ਵਿੱਚ, ਜਿਹਦੇ ਤਹਿਤ ਕਾਰਗੁਜ਼ਾਰੀ ਕਰਦਿਆਂ ਅਸੀਂ ਡਿਵੀਜ਼ਨ ਨੰਬਰ 2 ਦੇ ਵਿੱਚ 2 PO ਗ੍ਰਿਫਤਾਰ ਕੀਤੇ ਨੇ। ਇਹਨਾਂ ਦਾ ਨਾਮ ਹੈ ਸੰਜੇ ਮਹਿਰਾ ਅਤੇ ਬਬੀਤਾ ਮਹਿਰਾ। ਇਹਨਾਂ 'ਤੇ ਤਕਰੀਬਨ 12 ਕੇਸ ਦਰਜ ਨੇ ਜਿਹੜੇ ਸਾਹਮਣੇ, ਉਹਨਾਂ 'ਚੋਂ 11 ਕੇਸਾਂ ਦੇ ਵਿੱਚ ਭਗੌੜੇ PO ਡਿਕਲੇਅਰ ਹੋ ਚੁੱਕੇ ਅਦਾਲਤ ਵੱਲੋਂ। ਤੋ ਇਸੇ ਤਰੀਕੇ ਨਾਲ ਅੱਗੇ ਵੀ ਕਾਰਗੁਜ਼ਾਰੀ ਸਾਡੀ ਐਕਟਿਵ ਰਹੂਗੀ। ਡਿਵੀਜ਼ਨ ਨੰਬਰ 2 'ਚ ਇੱਕ NDPS ਦਾ PO ਵੀ ਫੜਿਆ, ਉਹਦੀ ਸਾਰੀ ਤੁਹਾਨੂੰ ਡਿਟੇਲ ਦੇਵਾਂਗੇ। ਤਕਰੀਬਨ 15 PO ਜਿਹੜੇ ਸਾਡੇ ਦੂਜੇ PO ਸਟਾਫ ਕ੍ਰਾਈਮ ਵਿੰਗਸ ਨੇ ਵੀ ਫੜ ਲਏ ਪਿਛਲੇ 2 ਦਿਨਾਂ ਦੇ ਵਿੱਚ, ਅਤੇ ਇਹ ਸਖ਼ਤ ਤੋਂ ਸਖ਼ਤ ਇਹਨਾਂ 'ਤੇ ਜਿਹੜੇ ਕਾਰਵਾਈ ਜਿਹੜੇ ਭਗੌੜਿਆਂ 'ਤੇ ਹੈ, ਮਾਨਯੋਗ CP ਸਾਹਿਬ ਦੀਆਂ ਡਾਇਰੈਕਸ਼ਨਸ ਦੇ ਮੁਤਾਬਕ ਸਾਡੀ ਪੂਰੀ ਫੋਰਸ ਇਕਜੁੱਟ ਹੋ ਕੇ ਲੱਗੀ ਹੋਈ ਹੈ, ਅਤੇ ਆਉਣ ਵਾਲੇ ਸਮੇਂ 'ਚ ਅਸੀਂ ਇਹਨਾਂ ਬਾਰੇ ਹੋਰ ਖੁਲਾਸਾ ਕਰਾਂਗੇ।